ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੀ ਕਲਮ, ਜੋ ਕਿ ਮੈਂ ਪਟਿਆਲਾ ਵਿੱਚ ਆਇਆ ਸੀ ਅਤੇ ਇੱਥੇ ਆ ਕੇ ਪਟਿਆਲਾ ਮੇਨ ਰੋਡ ਟਰੰਕ ਰੋਡ 'ਤੇ ਸਰੇਵਾਲ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਦਸ ਫੁੱਟ ਦੇ ਕੋਲ ਬਾਬਾ ਜੀ ਨੇ ਖੁੱਲ੍ਹੀਆਂ ਮਿੱਠੀਆਂ ਸ਼ਰਦਾਈਆਂ ਲਾਈਆਂ ਹੋਈਆਂ ਹਨ ਅਤੇ ਜੋ ਕਿ ਸਾਡੇ ਗੁਰੂ ਮਹਾਰਾਜ ਨੇ ਬਖਸ਼ੀਆਂ ਸ਼ਰਦਾਈਆਂ ਸਾਨੂੰ, ਜੋ ਕਿ ਸਰੀਰ ਵਾਸਤੇ ਬਹੁਤ ਹੀ ਬੈਨੀਫਿਟ ਹਨ ਅਤੇ ਬਹੁਤ ਮਨ ਕੀਤਾ ਅੱਜ ਵੀ ਮੇਰੀ ਕਲਮ ਸ਼ੇਰੋ ਸ਼ਾਹੀ ਤੋਂ ਉੱਪਰ ਉੱਠ ਕੇ ਅੱਜ ਬਾਬਾ ਜੀ ਦੀ ਵੀਡੀਓ ਬਣਾ ਕੇ ਅਤੇ ਆਪਾਂ ਜ਼ਰੂਰ ਪਾਈਏ, ਕਿਉਂਕਿ ਅਸੀਂ ਪ੍ਰਮੋਟਿੰਗ ਕਰਨੀ ਹੈ ਆਪਣਿਆਂ ਦੀ ਅਤੇ ਸਾਡੇ ਆਪਣਿਆਂ ਹੀ ਜੋ ਰੁਜ਼ਗਾਰ ਵੀ ਹੈ ਅਤੇ ਆਪਣੇ ਜੋ ਅੱਛੀ ਚੀਜ਼ ਚੰਗੀ ਚੀਜ਼ ਫੈਲਾ ਰਹੇ ਹਨ ਉਹ ਆਪਾਂ ਅੱਗੇ ਪ੍ਰਮੋਟ ਕਰੀਏ। ਅਤੇ ਆਓ ਅੱਜ ਬਾਬਾ ਜੀ ਨਾਲ ਗੱਲ ਕਰਦੇ ਹਾਂ ਵੀ ਇਹ ਚੀਜ਼ਾਂ ਵਿੱਚ ਕੀ ਪੈਂਦੀਆਂ ਅਤੇ ਇਹਦਾ ਸਾਨੂੰ ਫਾਇਦਾ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹੋਰ ਬਾਬਾ ਜੀ ਚੜ੍ਹਦੀ ਕਲਾ ਜੀ, ਅਤੇ ਬਾਬਾ ਜੀ ਥੋੜ੍ਹਾ ਸਾਨੂੰ ਸਰੋਤਿਆਂ ਦੱਸੋ ਵੀ ਇਹਦੇ ਵਿੱਚ ਆਪਾਂ ਨੂੰ ਕੀ ਚੀਜ਼ਾਂ ਪੈਂਦੀਆਂ ਅਤੇ ਇਹਨਾਂ ਸਾਨੂੰ ਫਾਇਦੇ ਕੀ ਨੇ। ਤੇ ਤੁਹਾਡੇ ਨਾਲ ਇੱਕ ਸਵਾਲ ਹੋਰ ਹੈ ਜੀ, ਜਿਵੇਂ ਤੁਸੀਂ ਬਦਾਮ ਭਿਓ ਕੇ ਰੱਖੇ ਹੋਏ ਹਨ ਤੇ 300 ਦੀ ਭਿਓ ਕੇ ਤਾਰ ਰੱਖੇ ਨੇ, ਇਹਨਾਂ ਜਲਦੀ ਕੁੱਟੇ ਜਾਂਦੇ ਨੇ, ਇੱਕ ਇਹਨਾਂ ਦੇ ਛਿਲਕਾ ਨਰਮ ਹੋ ਜਾਂਦਾ। ਤੇ ਜਿਹੜੀਆਂ ਚੀਜ਼ਾਂ ਪੈਂਦੀਆਂ ਜਿਵੇਂ ਕਿ ਗੁਲਾਬ ਦੇ ਪੱਤੇ ਹੋ ਗਏ, ਸੌਂਫ ਹੋ ਗਈਆਂ, ਇਲਾਚੀਆਂ ਹੋ ਗਈਆਂ, ਇਹਨਾਂ ਦੇ ਕੀ ਫਾਇਦੇ ਹਨ ਸਾਨੂੰ? ਇਹਨਾਂ ਦਾ ਫਾਇਦੇ ਹੈ, ਵੇਖੋ ਜੀ, ਬਦਾਮ ਹੈ ਦਿਮਾਗ ਵਾਸਤੇ ਤਾਜ਼ਾ ਕਰਦਾ, ਇਹ ਗੁਲਾਬ ਦੇ ਫੁੱਲ ਨੇ ਜੀ ਜੋ ਦਿਲ ਨੂੰ ਤਾਕਤ ਦਿੰਦੇ ਨੇ, ਸੌਂਫ ਹੈ ਜਿਹੜੀ ਪੇਟ ਨੂੰ ਸਾਫ਼ ਕਰਦੀ ਹੈ, ਕਾਲੀਆਂ ਮਿਰਚਾਂ ਇਲਾਚੀਆਂ ਨੇ, ਮਿਸ਼ਰੀ ਹੈ, ਚੀਨੀ ਹੈ, ਇਹ ਬਾਬੇ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਫਾਇਦੇਮੰਦ ਨੇ, ਦਿਮਾਗ ਨੂੰ ਫਾਇਦਾ ਕਰਦੀਆਂ ਨੇ, ਜਿਗਰ ਦੀ ਗਰਮੀ ਨੂੰ ਕੱਢਦੀਆਂ ਨੇ ਅਤੇ ਹੋਰ ਵੀ ਜਿਹੜੇ ਪੇਟ ਦੇ ਗਰਮੀ ਰੋਗ ਨੇ ਉਹਨੂੰ ਕੱਢਦੀਆਂ ਨੇ, ਬਲ ਦਿੰਦੀਆਂ ਨੇ। ਤੁਹਾਨੂੰ ਇਹ ਛੱਕ ਕੇ ਜਲ ਦੀ ਪਿਆਸ ਨਹੀਂ ਲੱਗੇਗੀ, ਭੁੱਖ ਨਹੀਂ ਲੱਗੇਗੀ 2 ਘੰਟੇ, ਕਿਉਂਕਿ ਅਸੀਂ ਨਿਯਮਤ ਚੀਜ਼ ਹੈ, ਮਹਾਰਾਜ ਬਣਾਈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ, ਇਹ ਸ਼ਹੀਦੀ ਲੱਗੜੇ ਨੇ। ਬਾਕੀ ਇਹ ਸੰਗਤਾਂ ਨੇ ਹੁਣ ਇਹ ਜਦੋਂ ਤੁਸੀਂ ਜਾਓਗੇ ਹਰਿਆਣੇ 'ਚ ਤੁਹਾਨੂੰ ਇਹ ਠੰਡਾਈ ਕਹਿਣਗੇ, ਸੰਗਤ ਠੰਡਾਈ ਕਹਿ ਚੜ੍ਹਦੀ ਹੈ, ਅਤੇ ਜਿਹੜੇ ਸਿੰਘ ਸੂਰਮੇ ਨੇ ਉਹ ਸ਼ਰਦਾਈ ਕਹਿੰਦੇ ਨੇ, ਅਤੇ ਬਾਕੀ ਐਕਾਂ ਜੀ ਠੰਡੀਆਂ ਸ਼ਰਦਾਈਆਂ। ਗੁਰੂ ਮਹਾਰਾਜ ਜੀ ਦੀ ਕਿਰਪਾ ਕੀਤੀ ਸ਼ਹੀਦਾਂ ਸਿੰਘਾਂ ਨੇ, ਜੋ ਆਸਣ ਮਿਲੇ ਹਨ ਅਤੇ ਸੁੰਦਰ ਆਸਣਾਂ 'ਤੇ ਬੈਠੇ ਹਾਂ, ਮਹਾਰਾਜ ਦੀ ਕਿਰਪਾ, ਸੰਗਤ ਦਾ ਆਸਰਾ, ਉਹਨਾਂ ਆਸਰੇ ਦੇ ਨਾਲ ਨਾਲੇ ਸੰਗਤ ਦੀ ਸੇਵਾ ਕਰੀ ਜਾਂਦੇ ਹਾਂ, ਨਾਲੇ ਪਰਿਵਾਰ ਦਾ ਲੰਗਰ ਚੱਲੀ ਜਾਂਦਾ ਜੀ। ਸੋ ਸਾਰਿਆਂ ਨੂੰ ਮੈਂ ਆਪਣੇ ਪੰਜਾਬੀ, ਜਿੰਨੇ ਵੀ ਆਪਣੇ ਪੰਜਾਬੀ ਵੀਰ ਹਨ, ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਵੀ ਸਾਡੇ ਲੋਕ ਜੋ ਬਾਹਰ ਵੱਲ ਨੂੰ ਜਾ ਰਹੇ ਨੇ ਨਾ, ਉਹਦੇ ਨਾਲ ਚੰਗਾ ਅਸੀਂ ਕੋਈ ਇੱਥੇ ਹੀ ਬਿਜ਼ਨਸ ਕਰੀਏ। ਸਾਡੇ ਪੰਜਾਬ ਹੀ ਗੁਰੂਆਂ ਪੀਰਾਂ ਦੀ ਧਰਤੀ ਹੈ, ਜੋ ਅਸੀਂ ਉਹਨੂੰ ਛੱਡ ਕੇ ਅਸੀਂ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਾਂ, ਸੋ ਇਹ ਬਹੁਤ ਹੀ ਸਾਡੇ ਵਾਸਤੇ, ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਗਲਤ ਹੈ, ਅਤੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਇੱਥੇ ਹੀ ਬਿਜ਼ਨਸ ਕਰੀਏ ਅਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ ਮੇਰੀ ਕਲਮ ਅੱਜ ਤੋਂ ਅਸੀਂ ਵੀ ਪ੍ਰਮੋਟਿੰਗ ਕਰਾਂਗੇ, ਜਿਹੜੇ ਕਿ ਆਪਣੇ ਵੀਰ ਕੋਈ ਗੋਲ ਗੱਪੇ ਕੋਈ ਸਰਦਾਰ ਜੀ ਬੈਠੇ ਹੋਣਗੇ ਜਾਂ ਕੋਈ ਵੀ ਕੋਈ ਢਾਬਾ ਲਾ ਕੇ ਬੈਠੇ ਹੋਣਗੇ, ਅਸੀਂ ਉਹਨਾਂ ਦੀ ਪ੍ਰਮੋਟਿੰਗ ਫ੍ਰੀ ਕਰਾਂਗੇ, ਕਿਉਂਕਿ ਸਾਡਾ ਮਕਸਦ ਹੀ ਹੈ ਪੰਜਾਬ ਨੂੰ ਬਚਾਉਣਾ। ਅਤੇ ਜੋ ਅਸੀਂ ਤਾਂ ਸਾਰੇ ਵੀਰਾਂ ਨੂੰ ਇਹੀ ਇੱਕ ਬੇਨਤੀ ਕਰਦੇ ਹਾਂ ਵੀ ਜੋ ਵੀ ਪਟਿਆਲੇ ਸ਼ਹਿਰ ਵਿੱਚ ਰਹਿੰਦੇ ਹਨ ਜਾਂ ਕੋਈ ਬਾਹਰੋਂ ਆਉਂਦਾ, ਸਰਹੰਦ ਰੋਡ 'ਤੇ ਹੀ ਬਾਬਾ ਜੀ ਬੈਠੇ ਹਨ, ਅਤੇ ਇੱਕ ਵਾਰੀ ਜ਼ਰੂਰ ਇਹਨਾਂ ਦੀ ਸ਼ਰਦਾਈ ਛੱਕ ਕੇ ਦੇਖੋ, ਬਹੁਤ ਹੀ ਸਵਾਦ, ਅਤੇ ਕਾਫੀ ਮੇਰੇ ਹੁੰਦਿਆਂ ਵੀ ਕਾਫੀ ਲੋਕ ਆਏ ਜੋ ਕਿ ਇਹਨਾਂ ਦੇ ਆਪ ਦੱਸ ਕੇ ਗਏ ਵੀ ਬਾਬਾ ਜੀ ਦੀ ਸ਼ਰਦਾਈ ਪੀਣ ਨਾਲ ਸਾਨੂੰ 2-2 ਘੰਟੇ ਭੁੱਖ ਨਹੀਂ ਲੱਗਦੀ, ਨਾ ਪਿਆਸ ਲੱਗਦੀ ਹਨ ਅਤੇ ਦਿਮਾਗ ਵੀ ਤੇਜ਼ ਰਹਿੰਦਾ ਹੈ। ਸੋ ਇੰਨੀ ਕੁ ਬੇਨਤੀ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।